ਸੱਚ ਦੱਸੀ, ਅੱਜ ਦਾ ਲੈਕਚਰ ਤੈਨੂੰ ਕਿਵੇਂ ਦਾ ਲੱਗਿਆ? ਕਿਹੜਾ ਲੈਕਚਰ ਸੀ ਉਹ? ਕਿੰਨਾ ਬੋਲਦੀ ਹੈ ਮੈਡਮ ਜੀ, ਸਿਰ ਖਾ ਗਈ ਮੇਰੇ ਤਾਂ, ਕੁਛ ਪੱਲੇ ਨਹੀਂ ਪਿਆ ਸੱਚੀ। ਮੈਨੂੰ ਪਤਾ ਹੀ ਸੀ ਤੇਰਾ ਧਿਆਨ ਨਹੀਂ ਹੋਣਾ, ਥੋੜ੍ਹਾ ਜਿਹਾ ਸੁਧਰ ਜਾ ਯਾਰ, ਸਿਰ 'ਤੇ ਨੇ ਪੇਪਰ, ਥੋੜ੍ਹੇ ਨੋਟਸ ਨਾਟਸ ਵੀ ਬਣਾ ਲੈ। ਕੋਈ ਨਹੀਂ, ਤੂੰ ਹੈਗੀ ਹੈ ਨਾ, ਤੂੰ ਬਣਾਏਗੀ, ਅਤੇ ਮੈਨੂੰ ਇਹ ਵੀ ਪਤਾ ਪੇਪਰਾਂ 'ਚ ਨਕਲ ਵੀ ਮਰਵਾ ਦੇਂਗੀ, ਤੇਰੇ ਸਹਾਰੇ ਤਾਂ ਮੈਂ ਐਸ਼ ਕਰਦੀ ਹਾਂ। ਘੱਟੋ ਘੱਟ ਫਿਰ ਮੈਨੂੰ ਤਾਂ ਨਾ ਲੇਟ ਕਰਾਇਆ ਕਰ, ਸਵੇਰੇ ਅੱਜ ਮੈਨੂੰ ਕਿਉਂ ਲੇਟ ਕਰਾਇਆ ਤੂੰ? ਮੈਂ ਕਦੋਂ ਲੇਟ ਕਰਾਇਆ ਮੈਡਮ? ਇੱਧਰ ਝਾਕ ਦੱਸੀ ਮੈਨੂੰ। ਆਹਾ, ਮੈਚਿੰਗ ਏਅਰਿੰਗਸ, ਮੈਂ ਜਿਹੜਾ ਹੇਅਰ ਸਟਾਈਲ ਬਣਾ ਲਾ, ਉਹ ਚੁੰਨੀ ਜੱਚ ਰਹੀ ਹੈ ਕਿ ਨਹੀਂ? ਲੇਟ ਕੌਣ ਕਰਾਉਂਦਾ ਰੋਜ਼? ਫਿਰ ਮੈਨੂੰ ਐਂ ਦੱਸੀ, ਜਦੋਂ ਕਾਲਜ ਆਉਣਾ ਹੁੰਦਾ ਹੁਣ ਬਣ ਠਣ ਕੇ ਤਾਂ ਬੰਦਾ ਆਉਂਦਾ ਹੀ ਹੈ। ਯਾਰ ਮੈਂ ਤੈਨੂੰ ਕਹਿ ਰਹੀ ਹਾਂ, ਹਲੇ ਵੀ ਥੋੜ੍ਹਾ ਪੜ੍ਹਾਈ ਵੱਲ ਧਿਆਨ ਦੇ ਲੈ, ਨਹੀਂ ਤਾਂ ਕੱਲ੍ਹ ਨੂੰ ਔਖੀ ਹੋਏਗੀ। ਕੁਛ ਨਹੀਂ ਹੁੰਦਾ, ਐਵੇਂ ਗੱਲਾਂ ਹੀ ਹੈ। ਮੈਂ ਤਾਂ ਤੈਨੂੰ ਹਲੇ ਵੀ ਕਹਿੰਦੀ ਹਾਂ, ਜੇ ਪੜ੍ਹਾਈ ਵੱਲ ਧਿਆਨ ਨਹੀਂ ਨਾ ਦੇਵੇਂਗੀ, ਨਾ ਤਾਂ ਕੱਲ੍ਹ ਨੂੰ ਵਧੀਆ ਨੌਕਰੀ ਮਿਲਣੀ ਔਰ ਨਾ ਹੀ ਕੱਲ੍ਹ ਨੂੰ ਵਧੀਆ ਮੁੰਡਾ ਮਿਲਣਾ। ਇਹੀ ਤੈਨੂੰ ਕਹਿੰਦੀ ਹਾਂ ਜੱਸੀ ਮੈਡਮ, ਮੁੰਡਿਆਂ ਕੰਨੀ ਧਿਆਨ ਦਿਓ, ਕਿਤਾਬਾਂ ਕਤੂਬਾਂ 'ਚ ਕੁਛ ਨਹੀਂ ਰੱਖਿਆ, ਵਿਆਹ ਹੀ ਕਰਾਉਣਾ ਹੈ, ਕਿਤੇ ਮਰਜ਼ੀ ਕਰਾਓ। ਯਾਰ ਮੁੰਡਾ ਤਾਂ ਘਰ ਦੇ ਲੱਭ ਹੀ ਲੈਣਗੇ, ਮੈਂ ਕੀ ਦੇਖਣਾ? ਲੈ ਉਹੀ ਤਾਂ ਗੱਲ ਕਹਿੰਦੀ ਹਾਂ, ਵਿਆਹ ਕਰਾਏਗੀ ਉਦੋਂ ਕਿਤਾਬਾਂ ਨਹੀਂ ਕੰਮ ਆਉਣੀਆਂ, ਆ ਮੇਕਅਪ ਮੁਕਅਪ ਵੀ ਕੰਮ ਆਊਗਾ, ਸੋਹਣੇ ਸੋਹਣੇ ਬਣ ਕੇ ਰਹਿਣਾ। ਉਦੋਂ ਤੂੰ ਮੇਰੀ ਹੈਲਪ ਕਰ ਦੇਣਾ ਜਿਵੇਂ ਮੈਂ ਤੇਰੇ ਨੋਟਸ 'ਚ ਹੈਲਪ ਕਰਦੀ ਹਾਂ। ਯਾਰ ਕੌਣ ਹੈ? ਤੈਨੂੰ ਪਤਾ ਹਫ਼ਤਾ ਹੋ ਗਿਆ ਮੈਂ ਇਹਨੂੰ ਨੋਟਿਸ ਕਰ ਰਹੀ ਹਾਂ, ਪਤਾ ਨਹੀਂ ਕੌਣ ਹੈ। ਮੁੰਡਾ ਤਾਂ ਵੈਸੇ ਸੋਹਣਾ, ਤੂੰ ਵੀ ਧਿਆਨ ਦੇ ਲੈ, ਤੂੰ ਕਰ ਲੈ ਜੇ ਇੰਨਾ ਸੋਹਣਾ ਲੱਗਦਾ ਪਿਆ, ਮੈਨੂੰ ਪਸੰਦ ਲੱਗਦੀ ਹੈ। ਹੁਣ ਉਹ ਤਾਂ ਉਹਨੂੰ ਹੀ ਪਤਾ ਉਹ ਤੇਰੇ ਮਗਰ ਹੈ ਜਾਂ ਮੇਰੇ ਮਗਰ। ਸ਼ਰਤ ਲਈਏ, ਤੂੰ ਰਹਿਣ ਦੇ, ਹਾਰ ਜਾਏਗੀ ਮੇਰੇ ਤੋਂ। ਮੈਂ ਤਾਂ ਹਮੇਸ਼ਾ ਹੀ ਤੇਰੇ ਤੋਂ ਹਾਰਨ ਨੂੰ ਤਿਆਰ ਹਾਂ, ਤੂੰ ਮੇਰੀ ਬੈਸਟੀ ਹੈ। ਬੱਸ ਵੀ ਨਹੀਂ ਆ ਰਹੀ, ਦੇਖੀ ਆ ਜੂਗੀ, ਬੱਸ ਤਾਂ ਨਹੀਂ ਆਉਂਦੀ ਅੱਜ ਮੈਨੂੰ ਐਂ ਲੱਗਦਾ। ਹਾਏ ਐਂ ਨਾ ਬੋਲ, ਇੱਕ ਤਾਂ ਧੁੱਪ ਬਾਹਲੀ ਹੈ। ਆਪਾਂ ਐਂ ਕਰਦੇ ਹਾਂ, ਹਾਂ ਅੱਡੇ 'ਤੇ ਚੱਲਦੇ ਹਾਂ, ਨਾਲੇ ਪਤਾ ਚੱਲ ਜਾਊ ਕਿਹਦੇ ਮਗਰ ਆਉਂਦਾ। ਜੇ ਸਾਡੇ ਕਾਲਜ ਦਾ ਹੁੰਦਾ ਫਿਰ ਤਾਂ ਆਪਾਂ ਇਹਦੇ ਬਾਰੇ ਕੁਛ ਪੁੱਛ ਗਿੱਛ ਵੀ ਕਰਦੇ, ਇਹ ਤਾਂ ਹੈ ਵੀ ਆਊਟਸਾਈਡਰ। ਚੱਲ ਆ ਜਾ, ਚੱਲਦੇ ਹਾਂ ਅੱਡੇ 'ਤੇ। ਚੱਲ ਇੱਥੇ ਤਾਂ ਮੈਨੂੰ ਲੱਗਦਾ ਬਸ 10 ਮਿੰਟ 'ਚ ਆਉਣ ਵਾਲੀ ਹੈ ਬਸ, ਹੈ ਨਾ? ਦੇਖੋ ਤੂੰ ਨਾ ਦੇਖੋ ਦੇਵਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਮੈਂ ਗੱਲ ਕਰਨੀ ਸੀ ਤੁਹਾਡੇ ਨਾਲ। ਹਾਂ ਦੱਸੋ। ਤੁਹਾਡੇ ਨਾਲ ਨਹੀਂ ਜੀ, ਇਹਨਾਂ ਨਾਲ। ਅੱਛਾ, ਕਰ ਲਓ ਫਿਰ ਗੱਲ। ਦੇਖੋ ਜੀ, ਅਸਲ 'ਚ ਮੈਂ ਤੁਹਾਨੂੰ ਬਹੁਤ ਟਾਈਮ ਤੋਂ ਦੇਖਦਾ, ਪਰ ਮੈਂ ਤਾਂ ਤੁਹਾਨੂੰ ਜਾਣਦੀ ਨਹੀਂ, ਤੁਸੀਂ ਤਾਂ ਸ਼ਾਇਦ ਸਾਡੇ ਕਾਲਜ ਵੀ ਨਹੀਂ ਪੜ੍ਹਦੇ। ਮੈਂ ਤੁਹਾਡੇ ਕਾਲਜ ਨਹੀਂ ਪੜ੍ਹਦਾ ਜੀ, ਤੁਹਾਡੇ ਨਾਲ ਇੱਕ ਕਾਲਜ ਹੈ ਉਸ 'ਚ ਪੜ੍ਹਦਾ। ਬਾਕੀ ਤੁਸੀਂ ਤਾਂ ਕਿਵੇਂ ਜਾਣੋ? ਕਾਲਜ? ਹਾਂਜੀ। ਬਾਕੀ ਤੁਸੀਂ ਤਾਂ ਕਿਵੇਂ ਜਾਣੋਗੇ? ਅਸਲ 'ਚ ਮੈਂ ਹੀ ਤੁਹਾਨੂੰ ਫੈਸਟੀਵਲ 'ਚ ਦੇਖਿਆ ਸੀ, ਗਿੱਧਾ ਕੀਤਾ ਸੀ ਨਾ ਤੁਸੀਂ ਨੇ। ਹਾਂਜੀ। ਬਹੁਤ ਸੋਹਣੇ ਲੱਗ ਰਹੇ ਸੀ। ਥੈਂਕ ਯੂ। ਅੱਛਾ, ਗਿੱਧੇ 'ਚ ਤਾਂ ਮੈਂ ਵੀ ਸੀ, ਮੈਂ ਨਹੀਂ ਦੇਖੀ ਤੁਹਾਨੂੰ। ਜੇ ਇਹਨਾਂ ਤੋਂ ਧਿਆਨ ਹਟਦਾ ਤੁਹਾਨੂੰ ਵੀ ਦੇਖ ਲੈਂਦੇ ਜੀ। ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਦੇਖੋ ਜੀ, ਅਸੀਂ ਬਹੁਤ ਕੂਕਾਂ ਮਾਰੀਆਂ ਨੇ ਤੁਹਾਡੇ ਪਿੱਛੇ, ਮੈਂ ਤਾਂ ਸ਼ਰਤਾਂ ਵੀ ਲਾ ਰਹੀਆਂ ਸੀ ਕਿ ਬੈਸਟ ਡਾਂਸਰ ਤੁਸੀਂ ਹੀ ਆਉਂਗੇ, ਅਤੇ ਤੁਸੀਂ ਆਏ ਵੀ। ਬਾਕੀ ਮੈਨੂੰ ਪਤਾ ਨਹੀਂ, ਸਾਰਾ ਦਿਨ ਇਹੀ ਖਿਆਲ ਆਉਂਦੇ ਰਹਿੰਦੇ ਨੇ ਕਿ ਮੈਂ ਕਦੋਂ ਸਵੇਰ ਹੋਵੇ ਕਦੋਂ ਤੁਹਾਨੂੰ ਦੇਖਾਂ, ਅਤੇ ਜਾਣ ਵੇਲੇ ਇਹ ਡਰ ਲੱਗਿਆ ਰਹਿੰਦਾ ਕਿ ਤੁਸੀਂ ਵਾਪਸ ਕਦੋਂ ਆਉਂਗੇ। ਬਾਕੀ ਤੁਹਾਡਾ ਮੇਰੇ ਬਾਰੇ ਕੀ ਫੈਸਲਾ ਹੈ ਇਹ ਜ਼ਰੂਰ ਦੱਸ ਦਿਓ। ਤੁਸੀਂ ਤਾਂ ਮੈਨੂੰ ਜਾਣਦੇ, ਪਰ ਮੈਂ ਤਾਂ ਹਾਲੇ ਤੁਹਾਨੂੰ। ਮੁੰਡਾ ਵਧੀਆ,
ਚੁੱਪ ਕਰਕੇ ਹਾਂ ਕਰਦੇ। ਪਰ ਮੈਂ ਯਾਰ ਅੰਜੂ ਨੂੰ ਕੋਈ ਨਹੀਂ ਜਾਣ ਲਈ ਕੀ ਦੋ ਚਾਰ ਦਿਨ ਮਿਲੀ, ਦੇਖਣ 'ਚ ਤਾਂ ਸਹੀ ਲੱਗਦਾ। ਨਾ ਨਹੀਂ ਕਰਨੀ, ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਯਾਰ, ਦੋਸਤ ਤਾਂ ਬਣਾ ਹੀ ਸਕਦੀ ਹੈ। ਚੱਲ 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 ਹਾਂ ਕਰਦੇ, ਚੱਲ ਚੱਲ। ਮੈਂ ਬਸ ਥੋੜ੍ਹਾ ਟਾਈਮ ਚਾਹੁੰਦੀ ਹਾਂ ਕਿ ਆਪਾਂ ਇੱਕ ਦੂਸਰੇ ਨੂੰ ਜਾਣ ਲਈਏ, ਹੋ ਸਕਦਾ। ਜ਼ਰੂਰ ਜੀ, ਅਤੇ ਤੁਹਾਡਾ ਨੰਬਰ ਮਿਲ ਸਕਦਾ? ਹਾਂਜੀ। ਮੈਨੂੰ ਐਂ ਲੱਗਦਾ ਸੀ ਤੁਸੀਂ ਭਾਨੀ ਮਾਰੋਗੇ। ਚੰਗੇ ਕੰਮ 'ਚ ਨਾ ਮੈਂ ਭਾਨੀ ਨਹੀਂ ਮਾਰਦੀ। ਚਲੋ ਠੀਕ ਹੈ, ਫਿਰ ਅਸੀਂ ਹੁਣ ਚੱਲਦੇ ਹਾਂ। ਆ ਜਾ। ਠੀਕ ਹੈ ਜੀ। ਆਇਆ ਜੱਸੀ। ਜੱਸੀ ਮੈਂ ਵੇਟ ਕਰੂੰਗਾ ਕੱਲ੍ਹ। ਕੋਈ ਨਹੀਂ, ਕਰ ਲਿਓ, ਆ ਜਾ। ਯਾਰ ਮੈਨੂੰ ਲੱਗਦਾ ਹੀ ਨਹੀਂ ਸੀ ਤੁਸੀਂ ਮੈਨੂੰ ਹਾਂ ਕਰ ਦੋਗੇ। ਪਤਾ ਨਹੀਂ ਕਿਉਂ ਮੈਨੂੰ ਆਪਣੀ ਕਿਸਮਤ 'ਤੇ ਭਰੋਸਾ ਹੀ ਨਹੀਂ ਸੀ ਕਿ ਮੇਰੀ ਕਿਸਮਤ ਵੀ ਇੰਨੀ ਵਧੀਆ ਹੋ ਸਕਦੀ ਹੈ। ਗੱਲ ਕਿਸਮਤ ਦੀ ਨਹੀਂ ਹੈ, ਤੁਸੀਂ ਇਨਸਾਨ ਵਧੀਆ ਹੋ। ਪਤਾ ਮੈਂ ਵੀ ਸੋਚਿਆ ਤੁਹਾਡੇ ਬਾਰੇ, ਤੁਸੀਂ ਮੇਰੇ ਨਾਲ ਕੋਈ ਬਦਤਮੀਜ਼ੀ ਨਹੀਂ ਕੀਤੀ ਜਿਵੇਂ ਫੁਕਰੇ ਮੁੰਡੇ ਨਹੀਂ ਕਰਦੇ, ਰਾਹ ਰੋਕ ਲੈਂਦੇ ਹੈ। ਮਤਲਬ ਮੈਨੂੰ ਉਹ ਚੀਜ਼ਾਂ ਨਹੀਂ ਪਸੰਦ। ਤੁਸੀਂ ਬੜੇ ਪਿਆਰ ਨਾਲ ਪੁੱਛਿਆ ਔਰ ਇੱਕ ਦੋਸਤੀ ਦਾ ਹੀ ਔਫਰ ਰੱਖਿਆ, ਮੈਨੂੰ ਅੱਛਾ ਲੱਗਿਆ, ਤਾਂ ਫਿਰ ਮੈਂ ਵੀ ਤੁਹਾਨੂੰ ਪਸੰਦ ਕਰਨ ਲੱਗ ਗਈ। ਮੈਂ ਕੋਸ਼ਿਸ਼ ਕਰੂੰਗਾ ਯਾਰ ਕਿ ਸਾਰੀ ਉਮਰ ਤੈਨੂੰ ਇੱਦਾਂ ਹੀ ਖੁਸ਼ ਰੱਖ ਸਕਾਂ। ਬਾਕੀ ਜਿੰਨੀ ਤੂੰ ਪਿਆਰੀ ਹੈ, ਨਾਰਾਜ਼ ਤਾਂ ਤੈਨੂੰ ਮੈਂ ਕਦੇ ਕਰ ਵੀ ਨਹੀਂ ਸਕਦਾ। ਬਾਕੀ ਹਰ ਕੁੜੀ ਚਾਹੁੰਦੀ ਹੈ ਕਿ ਉਹਦੀ ਜ਼ਿੰਦਗੀ 'ਚ ਤੁਹਾਡੇ ਵਰਗਾ ਇਨੋਸੈਂਟ ਮੁੰਡਾ ਆਵੇ। ਤੁਸੀਂ ਮੇਰੀ ਕਿਸਮਤ 'ਚ ਲਿਖੇ ਸੀ, ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹਾਂ। ਇਨੋਸੈਂਟ ਦਾ ਤਾਂ ਨਹੀਂ ਮੈਨੂੰ ਪਤਾ ਯਾਰ, ਬਸ ਜੋ ਵੀ ਹਾਂ ਮੈਨੂੰ ਹਾਲਾਤਾਂ ਨੇ ਬਣਾਤਾ। ਬਾਕੀ ਮੈਂ ਤੈਨੂੰ ਆਪਣੇ ਘਰ ਦੇ ਹਾਲਾਤ ਦੱਸ ਹੀ ਦਿੰਦਾ। ਘਰ 'ਚ ਮੈਂ ਹਾਂ ਅਤੇ ਮੇਰੀ ਮਾਂ ਹੈ। ਡੈਡੀ ਬਚਪਨ 'ਚ ਗੁਜ਼ਰ ਗਏ ਸੀ, ਉਸ ਤੋਂ ਬਾਅਦ ਸਾਰੀ ਕਬੀਲਦਾਰੀ ਮੇਰੇ ਗਲ ਪੈ ਗਈ ਅਤੇ ਹੁਣ ਸਾਂਭੀ ਜਾਂਦਾ ਜਿਵੇਂ ਜੀ ਸਾਂਭੀ ਜਾਂਦੀ ਹੈ। ਮੈਂ ਸਮਝ ਗਈ, ਤੁਸੀਂ ਐਂ ਨਾ ਸੋਚੋ ਕਿ ਮੈਂ ਅਮੀਰ ਗਰੀਬ ਦਾ ਫਰਕ ਰੱਖੂੰਗੀ ਜਾਂ ਸੋਹਣੇ ਨਾ ਸੋਹਣੇ ਦਾ। ਬਸ ਮੈਂ ਇੱਕ ਵਾਰ ਜੇ ਤੁਹਾਡਾ ਹੱਥ ਫੜ ਲਿਆ ਤਾਂ ਤੁਹਾਡੇ ਔਖੇ ਸੌਖੇ ਟਾਈਮ ਨਾਲ ਖੜਾਂਗੀ। ਆ ਜਾ ਆਪਾਂ ਚੱਲੀਏ, ਲੇਟ ਬਾਹਲੇ ਹੋਈ ਜਾਂਦੇ ਆ ਨਾ, ਮੰਮੀ ਬੋਲਣਗੇ। ਆ ਜਾ। ਠੀਕ ਹੈ, ਚਲੋ ਜੀ। ਆ ਜਾ ਆ ਜਾ, ਮਿਲਦੇ ਜੱਸੀ, ਕੱਲ੍ਹ ਤਾਂ ਮਿਲੋਗੇ ਨਾ? ਹਾਂਜੀ। ਮੈਨੂੰ ਤੇਰੀ ਸਮਝ ਨਹੀਂ ਆਉਂਦੀ ਵੀ ਇੰਨੀ ਕੀ ਕਾਹਲੀ ਹੈ ਤੈਨੂੰ ਜਾਣਦੀ ਹੁਣ। ਜੱਸੀ ਕਾਹਲੀ ਨਹੀਂ, ਹਾਲੇ ਕੱਲ੍ਹ ਤਾਂ ਤੂੰ ਮੁੰਡੇ ਨੂੰ ਮਿਲੀ ਹੈ, ਅੱਜ ਉਹਦਾ ਹੱਥ ਫੜ ਕੇ ਜਾਨ ਮਰਨ ਦੀਆਂ ਕਸਮਾਂ ਖਾਈ ਜਾਂਦੀ ਹੈ, ਮੈਨੂੰ ਤਾਂ ਤੇਰੀ ਸਮਝ ਨਹੀਂ ਆਉਂਦੀ। ਤੂੰ ਆਪ ਹੀ ਤਾਂ ਕਿਹਾ ਸੀ ਦੋਸਤੀ ਕਰ ਲੈ। ਅੱਛਾ, ਪਰ ਮੈਨੂੰ ਲੱਗਿਆ ਵੀ ਇਹ ਸਭ ਕੁਝ ਜਲਦੀ ਜਲਦੀ ਹੋ ਰਿਹਾ। ਮੇਰੀ ਗੱਲ ਸੁਣ, ਮੈਨੂੰ ਮੁੰਡਾ ਸੱਚੀ ਚੰਗਾ ਲੱਗ ਰਿਹਾ, ਮੈਂ ਤਾਂ ਹੀ ਅੱਗੇ ਵੱਧ ਰਹੀ ਹਾਂ। ਜੇ ਮੈਨੂੰ ਕਿਤੇ ਮਾੜਾ ਜਿਹਾ ਵੀ ਡਾਊਟ ਹੁੰਦਾ ਨਾ, ਤੈਨੂੰ ਲੱਗਦਾ ਮੈਂ ਇਹਨਾਂ ਚੱਕਰਾਂ 'ਚ ਪੈਂਦੀ ਕਦੇ? ਹਾਂ, ਇਹ ਗੱਲ ਤਾਂ ਹੈਗੀ ਹੈ ਜੱਸੀ। ਚੱਲ ਭੈਣੇ, ਜਿਵੇਂ ਵੀ ਤੈਨੂੰ ਚੰਗਾ ਲੱਗੇ, ਬਸ ਮੈਨੂੰ ਤਾਂ ਇਹ ਆ ਵੀ ਤੂੰ ਧਿਆਨ ਰੱਖੀ ਆਪਦਾ, ਹੈ ਨਾ? ਕੋਈ ਨਹੀਂ, ਤੂੰ ਟੈਨਸ਼ਨ ਨਾ ਲੈ, ਅਗਰ ਕੋਈ ਵੀ ਐਸੀ ਵੈਸੀ ਗੱਲ ਹੋਈ ਮੈਂ ਸਭ ਤੋਂ ਪਹਿਲਾਂ ਤੇਰੇ ਨਾਲ ਹੀ ਸ਼ੇਅਰ ਕਰੂੰਗੀ। ਚੱਲ ਵਧੀਆ, ਤੇਰੀ ਲਾਈਫ 'ਚ ਇੰਨਾ ਚੰਗਾ ਮੁੰਡਾ ਆਇਆ, ਪਤਾ ਨਹੀਂ ਮੇਰੀ ਲਾਈਫ 'ਚ ਕਦੋਂ ਆਉਣਾ। ਓਹੋ, ਆਜੂਗਾ ਤੇਰੀ ਲਾਈਫ 'ਚ ਵੀ, ਤੂੰ ਕਿਉਂ ਟੈਨਸ਼ਨ ਲੈਂਦੀ ਹੈ? ਆ ਜਾ ਚੱਲੀਏ। ਨਾਲੇ ਤੁਹਾਡੇ 'ਚ ਕੀ ਕੀ ਗੱਲਾਂ ਹੋਈਆਂ ਮੈਨੂੰ ਦੱਸਦੀ ਰਿਹਾ ਕਰ। ਹਾਂ ਹਾਂ, ਤੈਨੂੰ ਦੱਸਦੀ ਹਾਂ, ਅਸੀਂ ਤਾਂ ਰਾਤੀ ਵੀ 2 ਵਜੇ ਤੱਕ ਗੱਲਾਂ ਕਰਦੇ ਰਹੇ। ਸੱਚੀ ਬੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ, ਉਹ ਬਹੁਤ ਪਿਆਰ ਕਰਦਾ ਮੈਨੂੰ, ਸੱਚੀ ਚੰਗਾ ਹੈ ਉਹ। ਚੱਲ ਵਧੀਆ। ਜੱਸੀ। ਹਾਂਜੀ ਡੈਡੀ। ਜਾਏ ਕਾਲਜ ਪੁੱਤ? ਹਾਂਜੀ ਡੈਡੀ, ਹੋ ਆਈ। ਹੋਰ ਪੜ੍ਹਾਈ ਕਿਵੇਂ ਚੱਲ ਰਹੀ ਆ? ਵਧੀਆ, ਸਭ ਵਧੀਆ। ਤੁਸੀਂ ਦੱਸੋ, ਤੁਸੀਂ ਦੱਸੋ ਡੈਡੀ ਕਿਵੇਂ?
ਮੈਂ ਬਿਲਕੁਲ ਠੀਕ ਹਾਂ ਪੁੱਤ। ਜੱਸੀ ਮੈਂ ਕਹਿੰਦਾ ਸੀ ਪੁੱਤ ਆ ਕਾਰ ਕਾਹਦੇ ਲਈ ਲਿੱਤੀ ਹੋਈ ਆਪਣੇ, ਗਰਮੀ ਦੇਖ ਕਿੰਨੀ ਹੋ ਰਹੀ ਹੈ, ਤੂੰ ਕਾਰ 'ਚ ਜਾਇਆ ਕਰ ਪੁੱਤ। ਦੇਖੋ ਡੈਡੀ ਜਿਹੋ ਜਿਹਾ ਅਸੀਂ ਆਪਣਾ ਸਰੀਰ ਬਣਾਵਾਂਗੇ ਨਾ ਉਵੇਂ ਦਾ ਹੀ ਹੋ ਜੂਗਾ, ਮੈਂ ਬਾਲਾ ਸੋਹਲ ਨਹੀਂ ਬਣ ਕੇ ਰਹਿਣਾ ਚਾਹੁੰਦੀ, ਨਾਲੇ ਮੈਨੂੰ ਮੇਰੀ ਸਹੇਲੀ ਦਾ ਸਾਥ ਹੁੰਦਾ, ਮੈਂ ਉਹਦੇ ਨਾਲ ਹੀ ਬਸ 'ਚ ਆ ਜਾ ਕੇ ਖੁਸ਼ ਹਾਂ। ਇਹ ਤਾਂ ਮੇਰੀ ਧੀ ਬਾਲੀ ਸਿਆਣੀ ਆ। ਅਤੇ ਜੱਸੀ ਇੱਕ ਹੋਰ ਗੱਲ ਕਰੀ ਪੁੱਤ, ਮੈਂ ਹੁਣ ਤਾਂ ਪੁੱਤ ਤੇਰੀ ਪੜ੍ਹਾਈ ਦੇਖ ਪੂਰੀ ਹੋਣ ਵਾਲੀ ਆ। ਹਾਂਜੀ ਡੈਡੀ। ਮੈਂ ਸੋਚਦਾ ਕਿ ਤੇਰੇ ਵਿਆਹ ਦੀ ਤਿਆਰੀ ਕਰ ਲਈਏ। ਓਹੋ ਡੈਡੀ ਕਿਸ ਚੀਜ਼ ਦੀ ਤਿਆਰੀ ਕਰਨੀ ਹੈ, ਗਹਿਣਾ ਕੱਟਾ ਤੁਸੀਂ ਬਣਾ ਰੱਖਿਆ, ਪੈਸੇ ਧੇਲੇ ਦੀ ਕਿਸੇ ਚੀਜ਼ ਦੀ ਕਮੀ ਘਾਟ ਨਹੀਂ ਹੈ, ਔਰ ਜਦੋਂ ਵਿਆਹ ਕਰਨਾ ਹੋਊਗਾ ਉਦੋਂ ਦੇਖੀ ਜਾਊਗੀ, ਤਿਆਰੀ ਤਾਂ ਉਹਨਾਂ ਨੂੰ ਕਰਨ ਦੀ ਲੋੜ ਹੈ ਜਿਨ੍ਹਾਂ ਨੇ ਕੁਛ ਬਣਾਇਆ ਨਾ ਹੋਵੇ। ਜੱਸੀ ਤੂੰ ਵੀ ਬਹੁਤ ਭੋਲੀ ਆ ਪੁੱਤ। ਪੁੱਤ ਤਿਆਰੀ ਦਾ ਮਤਲਬ ਪਤਾ ਕੀ ਹੈ ਮੇਰਾ? ਤੇਰੇ ਲਈ ਚੰਗਾ ਰਿਸ਼ਤਾ ਦੇਖਣਾ, ਚੰਗਾ ਘਰ ਬਾਰ ਦੇਖਣਾ, ਉਹਦੇ ਲਈ ਤਿਆਰੀ ਕਰਨੀ ਪੈਣੀ ਆ ਪੁੱਤ। ਚੰਗੇ ਰਿਸ਼ਤੇ ਮਿਲਦੇ ਨਹੀਂ ਹੈਗੇ ਬੈਠੇ ਬਿਠਾਏ। ਹਾਂਜੀ ਸਮਝਦੀ ਹਾਂ ਮੈਂ। ਓਹੋ ਡੈਡੀ ਕਿਹੜੀਆਂ ਗੱਲਾਂ ਲੈ ਕੇ ਬਹਿ ਗਏ ਹੋ, ਕਿਹੜਾ ਕੱਲ ਹੀ ਵਿਆਹ ਧਰਿਆ, ਜਦੋਂ ਕਰਨਾ ਹੈ ਨਾ ਉਦੋਂ ਮੇਰੇ ਨਾਲ ਗੱਲ ਕਰੋ, ਮੈਂ ਆਪੇ ਕਰਾ ਲੂੰਗੀ, ਹੁਣ ਮੈਨੂੰ ਜਾ ਲੈਣ ਦਿਓ, ਭੁੱਖ ਲੱਗੀ ਪਈ ਹੈ। ਚਲ ਕੁਝ ਖਾ ਪੀ ਲੈ ਜਾ ਕੇ, ਠੀਕ ਆ? ਹਾਂਜੀ ਹਾਂਜੀ, ਤੁਸੀਂ ਕੁਝ ਖਾਓਗੇ? ਨਹੀਂ ਨਹੀਂ ਤੂੰ ਖਾ ਬੱਚੇ। ਲਾਡੀ ਕੀ ਹੋਇਆ, ਤੂੰ ਅੱਜ ਮੈਨੂੰ ਇੱਦਾਂ ਕਿਉਂ ਬੁਲਾਇਆ? ਜੱਸੀ ਜ਼ਰੂਰੀ ਗੱਲ ਕਰਨੀ ਸੀ ਮੈਂ ਤੇਰੇ ਨਾਲ। ਤੂੰ ਫੋਨ 'ਤੇ ਵੀ ਕਾਫੀ ਪਰੇਸ਼ਾਨ ਲੱਗ ਰਿਹਾ ਸੀ, ਦੱਸ ਹੋਇਆ ਕੀ? ਯਾਰ ਦੇਖ ਮੰਮੀ ਦੀ ਤਬੀਅਤ ਖਰਾਬ ਰਹਿੰਦੀ ਹੈ ਅਤੇ ਘਰ ਦੇ ਹਾਲਾਤ ਵੀ ਕੁਝ ਸੈੱਟ ਨਹੀਂ ਹੋ ਰਹੇ। ਹੁਣ ਮੈਂ ਸੋਚਦਾ ਕਿ ਕਿਤੇ ਬਾਹਰ ਜਾ ਕੇ ਆਪਣੇ ਹਾਲਾਤ ਸੈੱਟ ਕਰ ਲਾਂ। ਮੇਰਾ ਇੱਕ ਦੋਸਤ ਹੈ ਬਾਹਰ, ਉਹ ਕਹਿੰਦਾ ਵੀਜ਼ੇ ਦਾ ਤੇਰਾ ਮੈਂ ਕਰ ਦੂੰ। ਦੇਖ ਜੱਸੀ ਮੈਨੂੰ ਯਾਰ ਧੋਖੇਬਾਜ਼ ਨਾ ਸਮਝੀ, ਪਰ ਮੈਨੂੰ ਲੱਗਦਾ ਇੱਥੇ ਮੇਰਾ ਕੁਛ ਨਹੀਂ ਬਣਨਾ, ਤਾਂ ਕਰਕੇ ਮੈਨੂੰ ਬਾਹਰੇ ਜਾਣਾ ਠੀਕ ਹੈ। ਪਰ ਬਾਹਰ ਤੂੰ ਮੰਮੀ ਨੂੰ ਛੱਡ ਕੇ ਜਾਏਗਾ, ਮੈਨੂੰ ਛੱਡ ਕੇ ਜਾਏਗਾ, ਜਾਂ ਤਾਂ ਪੈਸਿਆਂ ਵਾਸਤੇ ਹੀ ਰਿਹਾ ਹੈ ਨਾ। ਹਾਂ ਤੇ ਪੈਸੇ ਦੀ ਕਿਉਂ ਇੰਨੀ ਟੈਨਸ਼ਨ ਲਈ ਹੋਈ ਹੈ? ਡੈਡ ਦਾ ਇੰਨਾ ਕੁਛ ਬਣਿਆ ਪਿਆ, ਉਹ ਸਾਰਾ ਕੁਛ ਆਟੋਮੈਟਿਕਲੀ ਕੱਲ੍ਹ ਨੂੰ ਤੇਰਾ ਹੀ ਹੋਊਗਾ ਜਦੋਂ ਆਪਣਾ ਵਿਆਹ ਹੋ ਜੂਗਾ। ਕਮਲੀਆਂ ਗੱਲਾਂ ਕਿਉਂ ਕਰਦੀਆਂ ਯਾਰ, ਤੈਨੂੰ ਲੱਗਦਾ ਤੇਰੇ ਡੈਡੀ ਮੇਰੇ ਨਾਲ ਵਿਆਹ ਵਾਸਤੇ ਮੰਨਣਗੇ? ਕਿਉਂ ਨਹੀਂ ਮੰਨਣਗੇ, ਉਹਨਾਂ ਨੂੰ ਮੈਂ ਮਨਾਵਾਂਗੀ, ਬਹੁਤ ਪਿਆਰ ਕਰਦੇ ਆ ਮੈਨੂੰ। ਜਸਮੀਨ ਇਹ ਗੱਲਾਂ ਨਾ ਕਿਤਾਬਾਂ 'ਚ ਚੰਗੀਆਂ ਲੱਗਦੀਆਂ ਨੇ, ਹਕੀਕਤ 'ਚ ਨਹੀਂ। ਦੇਖ ਲਈ ਮੇਰੇ ਵਰਗੇ ਨਾਲ ਵਿਆਹ ਕਰਨ ਨੂੰ ਤੇਰੇ ਡੈਡੀ ਕਦੇ ਰਾਜ਼ੀ ਨਹੀਂ ਹੋਣਗੇ। ਫਿਰ ਐਂ ਕਰਦੇ ਹਾਂ, ਆਪਾਂ ਪਹਿਲਾਂ ਵਿਆਹ ਕਰ ਲੈਂਦੇ ਹਾਂ, ਬਾਅਦ 'ਚੋਂ ਡੈਡੀ ਨੂੰ ਮਨਾ ਲਾਂਗੇ, ਇੱਦਾਂ ਤਾਂ ਹੋ ਸਕਦਾ ਹੈ ਨਾ? ਤੂੰ ਜ਼ਿਆਦਾ ਨਾ ਸੋਚ, ਮੇਰੀ ਗੱਲ ਸੁਣ, ਮੈਂ ਫੈਸਲਾ ਲੈ ਲਿਆ, ਆਪਾਂ ਇੱਕ ਦੂਸਰੇ ਨੂੰ ਪਿਆਰ ਕਰਦੇ ਹਾਂ, ਇੱਕ ਦੂਸਰੇ ਨਾਲ ਖੁਸ਼ ਵੀ ਰਵਾਂਗੇ, ਡੈਡੀ ਜਦੋਂ ਸਾਡੀ ਖੁਸ਼ੀ ਦੇਖਣਗੇ ਆਪਣੇ ਆਪ ਮੰਨ ਜਾਣਗੇ। ਉਹ ਕਦੇ ਨਹੀਂ ਮੰਨਣਗੇ ਯਾਰ, ਜੇ ਮੇਰੇ ਨਾਲ ਵਿਆਹ ਕਰਾਉਣਾ ਹੈ ਨਾ ਤਾਂ ਇੱਥੋਂ ਕਿਤੇ ਦੂਰ ਹੀ ਜਾਣਾ ਪਊ। ਮੈਂ ਤੇਰੇ ਨਾਲ ਦੂਜਾਰ ਨੂੰ ਵੀ ਤਿਆਰ ਹਾਂ, ਖੁਸ਼ ਐਂ ਕਰਦੇ ਹਾਂ, ਡੈਡੀ ਨੇ ਮੇਰੇ ਲਈ ਜੋ ਵੀ ਬਣਾਇਆ ਮੈਂ ਸਾਰਾ ਕੁਛ ਲੈ ਆਊਂਗੀ, ਆਪਾਂ ਫਿਰ ਇੱਥੇ ਕਿਤੋਂ ਦੂਰ ਚਲੇ ਜਾਵਾਂਗੇ, ਜਦੋਂ ਡੈਡੀ ਨੂੰ ਲੋੜ ਪਈ ਆਪਣੇ ਆਪ ਮੰਨ ਜਾਣਗੇ ਔਰ ਸਾਨੂੰ ਬੁਲਾ ਲੈਣਗੇ, ਫਿਰ ਤਾਂ ਠੀਕ ਹੋ ਜੂਗਾ ਨਾ ਸਾਰਾ ਕੁਛ। ਹੈ ਤੇਰੇ ਕੋਲ ਇੰਨਾ ਕੁਛ ਕਿ ਬਾਹਰ ਜਾ ਕੇ ਆਪਾਂ ਸੈਟਿੰਗ ਕਰ ਸਕੀਏ? ਤੂੰ ਉਹਦੀ ਟੈਨਸ਼ਨ ਨਾ ਲੈ, ਤੂੰ ਮੇਰੇ 'ਤੇ ਭਰੋਸਾ ਰੱਖ, ਠੀਕ ਹੈ? ਬਸ ਇੰਨੀ ਜਿਹੀ ਗੱਲ ਸੀ, ਤੂੰ ਤਾਂ ਮੇਰੀ ਜਾਨ ਹੀ ਕੱਟਦੀ ਸੀ, ਤੂੰ ਬਸ ਵਿਆਹ ਦੀ ਤਿਆਰੀ ਰੱਖ, ਮੈਂ ਤੈਨੂੰ ਜਲਦੀ ਮਿਲਦੀ ਹਾਂ, ਠੀਕ ਹੈ? ਕੀ ਸੋਚੀ ਜਾਂਦਾ ਕਮਲਾ? ਉਹ ਬਾਈ ਮੈਂ ਤਾਂ ਐਂ ਸੋਚਦਾ ਯਾਰ, ਗਰੀਬ ਬੰਦੇ ਦੀ ਕਾਹਦੀ ਜ਼ਿੰਦਗੀ ਹੈ ਯਾਰ, ਕੋਈ ਨਾ ਕੋਈ ਵਿਪਤਾ ਆਈ ਏ ਪਈ ਆ। ਹੁਣ ਕੀ ਹੋ ਗਿਆ? ਹੁਣ ਯਾਰ ਬੇਬੇ ਬਿਮਾਰ ਹੋ ਰਹੀ ਆ, ਨਾ ਉਹ ਠੀਕ ਆਉਣ 'ਚ ਆਉਂਦੀ ਆ, ਨਾ ਕੋਈ ਕੰਮ ਮਿਲਦਾ ਹੈਗਾ, ਬਸ ਜੂਨ ਕੱਟੀ ਜੀ ਕਰੀ ਜਾਂਦੇ ਹਾਂ ਯਾਰ। ਹੁਣ ਗੱਲ ਕਹਿੰਦੇ ਸੁਨਾਮ ਲੈ ਕੇ ਆਉਣਾ ਬੇਬੇ ਨੂੰ ਡਾਕਟਰ ਦੇ? ਉਹ ਯਾਰ ਸੁਨਾਮ ਲੈ ਕੇ ਗਏ ਸੀਗੇ, ਉਹਨਾਂ ਨੇ ਰਜਿੰਦਰਾ ਭੇਜਤਾ,
ਹੁਣ ਦੇਖੋ ਗਰੀਬ ਬੰਦੇ ਨੂੰ ਯਾਰ ਕਿੱਥੇ ਹੈ ਨਾ ਇੰਨੇ ਪੈਸੇ ਟਕੇ, ਇੱਕ ਦਿਨ ਰੱਖਿਆ ਕੱਲ੍ਹ ਲੈ ਆਏ ਬਾਈ ਯਾਰ। ਕੋਈ ਗੱਲ ਨਹੀਂ ਕਮਲ ਬਾਈ, ਸਭ ਠੀਕ ਹੋ ਜੂ ਯਾਰ, ਹੌਸਲਾ ਰੱਖ। ਨਾਲੇ ਆਪਾਂ ਕਿਹੜਾ ਕਿਸੇ ਦਾ ਮਾੜਾ ਕੀਤਾ ਯਾਰ, ਮਿਹਨਤ ਕਰਦੇ ਹਾਂ, ਸਭ ਸੈੱਟ ਹੋ ਜੂਗਾ, ਪਰਵਾਹ ਨਾ ਕਰ ਕਿਸੇ ਗੱਲ ਦੀ। ਉਹ ਯਾਰ ਮੈਂ ਤਾਂ ਇਹ ਸੋਚਦਾ ਬਾਈ ਯਾਰ ਵੀ ਯਾਰ ਇੱਕਾ ਦੁੱਕਾ ਦਿਹਾੜੀ ਨਾਲ ਕਿੱਥੇ ਟਾਈਮ ਪਾਸ ਹੁੰਦਾ, ਵੀ ਕਿਸੇ ਦੁਕਾਨ 'ਤੇ ਲੱਗ ਜਾਂ। ਸੋਚਦਾ ਤਾਂ ਮੈਂ ਵੀ ਇਹੀ ਹਾਂ ਕਮਲ ਯਾਰ, ਐਂ ਤਾਂ ਰੋਜ਼ ਰੋਜ਼ ਔਖਾ ਬਾਈ। ਮੈਂ ਤਾਂ ਇਹ ਸੋਚਦਾ ਸੁਨਾਮ ਨਾਲ ਜੂਸ ਦੀ ਰੇੜੀ ਲਾਉਣਾ। ਜੂਸ ਦੀ ਰੇੜੀ ਤੋਂ ਕੀ ਮੰਗਦਾ ਪਤੰਦਰਾ, ਆਪਾਂ ਜੀਰੀ ਲਾਉਣੀ ਹੈ ਐਤਕੀ, ਆ ਜੀਰੀ ਤਾਂ ਲਾ ਲਈਏ ਯਾਰ, ਆ ਸਾਡੇ ਟੋਲੀ ਰਲ ਜੀ ਤੂੰ। ਹਾਂ ਕੋਈ ਨਹੀਂ, ਉਹ ਤਾਂ ਮੈਂ ਕਰਨੀ ਹੈ। ਰੇਟ ਵੀ ਵਧੀਆ ਐਤਕੀ ਝੋਨੇ ਦਾ। ਅੱਛਾ ਹਾਂ, ਦੋਵੇਂ ਭਾਈ ਮੰਡੇ ਰਿਹਾ ਕਰਾਂਗੇ, ਕਦੇ ਪੌਦ ਪੱਟ ਲਈ, ਕਦੇ ਜੀਰੀ ਲਾ ਲਈ। ਚੱਲ ਵਧੀਆ, ਚਾਰ ਪੈਸੇ ਇਕੱਠੇ ਆਣਗੇ ਯਾਰ। ਹਾਂ ਕੰਮ ਤੋਰ ਲਾਂਗੇ। ਹਾਂ ਬਾਅਦ 'ਚ ਆਪਾਂ ਇਕੱਠੀ ਕਰ ਲਾਂਗੇ ਕੋਈ। ਕਮਲ ਬਾਈ ਜ਼ਿੰਦਗੀ 'ਚ ਕਰਾਂਗੇ ਤਾਂ ਕੁਛ ਵੱਡਾ ਹੀ। ਹਾਂ ਪਰਵਾਹ ਨਹੀਂ ਕਰਨੀ ਕਿਸੇ ਗੱਲ ਦੀ। ਉਹਨੂੰ ਹੁੰਦਾ ਯਾਰ ਚੱਲਦਾ ਰਹਿੰਦਾ ਯਾਰ, ਹੈ ਨਾ, ਕੋਈ ਨਹੀਂ ਆਪੇ ਠੀਕ ਹੋ ਜੂ ਸਾਰਾ ਕੁਛ। ਚੱਲੀਏ ਫਿਰ ਆਪਾਂ। ਹਾਂ ਘਰ ਚੱਲਦੇ, ਰੋਟੀ ਖਾਣੀ ਆ ਜਾ। ਹਾਂ ਚੱਲ ਚੱਲ ਠੀਕ। ਲਾਡੀ ਨੂੰ ਫੋਨ ਲਾਉਂਦੇ ਹਾਂ। ਹੈਲੋ। ਹੈਲੋ ਹਾਂਜੀ। ਲਾਡੀ ਮੇਰੀ ਗੱਲ ਸੁਣ, ਮੈਂ ਨਾ ਸਾਰਾ ਸਮਾਨ ਪੈਕ ਕਰ ਲਿਆ, ਤੂੰ ਤਿਆਰ ਹੈ ਨਾ? ਹਾਂ ਸਾਰੇ ਪੈਸੇ ਬੰਦੋਬਸਤ ਹੋ ਗਿਆ। ਮੇਰੀ ਗੱਲ ਸੁਣ, ਆਪਾਂ ਨੂੰ ਨਾ ਬਾਹਰ ਕਿੱਥੇ ਮਿਲਾਂਗੇ ਨਾ, ਉਹ ਮੈਨੂੰ ਥੋੜ੍ਹਾ ਰਿਸਕ ਲੱਗ ਰਿਹਾ, ਸਾਨੂੰ ਕਿਸੇ ਨੇ ਦੇਖ ਲਿਆ ਤਾਂ ਫਸ ਜਾਂਗੇ। ਮੈਂ ਨਾ ਸੀਰਤ ਦੇ ਘਰ ਆਉਂਦੀ ਜਾਂਦੀ ਰਹਿੰਦੀ ਹਾਂ, ਤੂੰ ਐਂ ਕਰ ਤੂੰ ਮੇਰੀ ਸਹੇਲੀ ਦੇ ਘਰ ਆ ਜਾ। ਕੋਈ ਖਤਰੇ ਦੀ ਗੱਲ ਨਹੀਂ ਹੈ, ਅੱਜ ਵੈਸੇ ਵੀ ਉਹਨਾਂ ਦੇ ਘਰੇ ਕੋਈ ਵੀ ਨਹੀਂ ਹੈ, ਨਾਲੇ ਉਹਨਾਂ ਦਾ ਘਰ ਨਾ ਵੈਸੇ ਵੀ ਪਿੰਡ ਤੋਂ ਥੋੜ੍ਹੀ ਦੂਰ ਨੂੰ ਹੀ ਪੈ ਜਾਂਦਾ, ਬੱਸ ਸਟੈਂਡ ਦੀ ਸਾਈਡ ਹੈ, ਉੱਥੇ ਸੱਚੀ ਕਿਸੇ ਨੂੰ ਸ਼ੱਕ ਨਹੀਂ ਪਊਗਾ, ਨਾਲੇ ਆਪਾਂ ਨੂੰ ਜਦੋਂ ਮੌਕਾ ਮਿਲੂਗਾ ਆਪਾਂ ਉੱਥੇ ਸੇਫਲੀ ਰਹਿ ਵੀ ਸਕਦੇ ਹਾਂ ਅਤੇ ਉੱਥੋਂ ਜਾ ਵੀ ਸਕਦੇ ਹਾਂ। ਠੀਕ ਹੈ ਠੀਕ ਹੈ, ਆਪਾਂ ਫਿਰ ਉਹਦੇ ਘਰ ਹੀ ਮਿਲਦੇ ਹਾਂ, ਜਲਦੀ ਆ ਜੀ ਅਤੇ ਨਾਲ ਧਿਆਨ ਨਾਲ ਆਈ, ਠੀਕ ਹੈ? ਓਕੇ ਓਕੇ, ਵੇਟ ਕਰ ਰਹੀ ਹਾਂ ਤੇਰੀ। ਹਾਂਜੀ ਜੀ, ਮੈਨੂੰ ਜੱਸੀ ਨੇ ਬੁਲਾਇਆ ਸੀ। ਹਾਂਜੀ ਹਾਂਜੀ, ਅੰਦਰ ਆ ਜਾਓ। ਹਾਂਜੀ ਜੱਸੀ ਆ ਗਏ ਲਾਡੀ ਤੁਸੀਂ? ਹਾਂ। ਤੁਸੀਂ ਕੋਈ ਬੈਗ ਨਹੀਂ ਲੈ ਕੇ ਆਏ? ਚਲੋ ਕੋਈ ਨਹੀਂ, ਨਵੇਂ ਕੱਪੜੇ ਲੈ ਲਾਂਗੇ। ਆ ਦੇਖੋ ਸਾਰਾ ਸਮਾਨ ਹੈ ਇਹਦੇ ਵਿੱਚ। ਮੈਨੂੰ ਦੱਸੋ ਤੁਹਾਨੂੰ ਕਿਸੇ ਨੇ ਦੇਖਿਆ ਤਾਂ ਨਹੀਂ ਜਾਂ ਕੋਈ ਦਿੱਕਤ ਤਾਂ ਨਹੀਂ ਆਈ ਰਸਤੇ? ਕਿਸੇ ਨੇ ਨਹੀਂ ਦੇਖਿਆ, ਪੈਸੇ ਤਾਂ ਖਾਸ ਹੀ ਲਏ ਯਾਰ। ਜਿੰਨੇ ਸੀਗੇ ਮੈਂ ਸਾਰੇ ਚੱਕ ਲਿਆ, ਜੋ ਵੀ ਡੈਡੀ ਨੇ ਗਹਿਣੇ ਵਗੈਰਾ ਬਣਾਏ ਸੀ ਸਾਰੇ ਮੇਰੇ ਹੀ ਸੀਗੇ, ਮੇਰੇ ਹੀ ਕੰਮ ਆਉਣੇ ਸੀ। ਚੱਲ ਵਧੀਆ, ਹੋਰ ਬਥੇਰੇ ਨੇ ਤੇਰੇ ਪਿਓ ਕੋਲੇ। ਉਹਦੀ ਨਾ ਟੈਨਸ਼ਨ ਲਓ। ਅੱਛਾ ਮੈਨੂੰ ਇਹ ਦੱਸੋ, ਆਪਾਂ ਹੁਣ ਮੈਂ ਕਹਿੰਦੀ ਜ਼ਿਆਦਾ ਦੇਰ ਇੱਥੇ ਰੁਕਦੇ ਨਹੀਂ ਆ, ਆਪਾਂ ਚੱਲੀਏ? ਯਾਰ ਮੈਂ ਤੇਰੇ ਨਾਲ ਨਹੀਂ ਜਾ ਸਕਦਾ। ਮੇਰੇ ਨਾਲ ਕਿਉਂ, ਕੋਈ ਪਲਾਨ ਚੇਂਜ ਹੋਇਆ, ਕੀ ਗੱਲ ਹੋ ਗਈ? ਦੇਖ ਯਾਰ, ਮੁਰਦੇ ਬੰਦੇ ਨਾਲ ਵੀ ਕਿਤੇ ਜਾਇਆ ਜਾਂਦਾ ਹੈ। ਮੁਰਦਾ? ਲਾਡੀ ਮੈਨੂੰ ਤੁਹਾਡੀ ਗੱਲਾਂ ਸਮਝ ਨਹੀਂ ਆ ਰਹੀ ਆ। ਤੂੰ ਮੁਰਦਾ? ਲਾਡੀ ਮੈਨੂੰ ਮਾਫ ਕਰੀ ਯਾਰ, ਲਾਡੀ ਛੱਡ, ਪੈਸੇ ਵਾਸਤੇ ਬਹੁਤ ਕੁਝ ਕਰਨਾ ਪੈਂਦਾ ਹੈ। ਲਾਡੀ ਛੱਡ ਮੈਨੂੰ, ਸੀਰਤ ਬਚਾ ਮੈਨੂੰ। ਲਾਡੀ ਲਾਡੀ ਛੇਤੀ ਨੂੰ ਬਚਾਉਣਾ ਹੀ ਹੁੰਦਾ ਤਾਂ ਇਹ ਸਾਰੀ ਪਲੈਨਿੰਗ ਕਿਉਂ ਕਰਦੀ ਮੈਂ? ਇਹ ਸਾਰਾ ਕੁਝ ਮੈਂ ਕੀਤਾ ਲਾਡੀ ਨਾਲ ਮਿਲ ਕੇ। ਤੂੰ ਕਿੱਥੇ ਜਾਂਦੀ ਸੀ, ਕਿੱਥੇ ਨਹੀਂ, ਤੇਰੇ ਪੈਰ ਪੈਰ ਦੀ ਖਬਰ ਮੈਂ ਦਿੰਦੀ ਸੀ ਲਾਡੀ ਨੂੰ। ਉਹ ਕਾਲਜ ਤੇਰੇ ਮਗਰ ਆਉਣਾ, ਯੂਥ ਫੈਸਟ, ਉਹ ਸਭ ਕੁਝ
ਅਸੀਂ ਦੋਨਾਂ ਨੇ ਰਲ ਕੇ ਕੀਤਾ ਸੀ, ਇਹ ਸਾਡੇ ਦੋਨਾਂ ਦੀ ਪਲੈਨਿੰਗ ਸੀ। ਲਾਡੀ ਤੂੰ ਲਾਸ਼ ਨੂੰ ਟਿਕਾਣੇ ਲਾ, ਮੈਂ ਪੈਸੇ ਸੰਭਾਲਦੀ ਹਾਂ। ਠੀਕ। ਲਿਆ ਯਾਰ ਪੈਸੇ, ਕਰੀਏ ਆਪਣਾ ਆਪਣਾ ਹਿੱਸਾ, ਬਹੁਤ ਮਿਹਨਤ ਲੱਗੀ ਹੈ। ਖੈਰ ਜੋ ਕੀਤਾ ਰਾਸ ਆ ਗਿਆ, ਬਸ ਹੁਣ ਅੱਧਾ ਹਿੱਸਾ ਤੇਰਾ ਅੱਧਾ ਮੇਰਾ, ਸਾਰਾ ਕੁਛ 50-50। ਹੋ ਕਿਹੜਾ ਅੱਧਾ ਹਿੱਸਾ? ਕੋਈ 50-50 ਨਹੀਂ, ਚੁੱਪ ਕਰਕੇ ਤੁਰ ਜਾ ਇੱਥੋਂ। ਤੂੰ ਕੌਣ ਹੈ? ਮੈਂ ਤਾਂ ਬਾਅਦ 'ਚ ਦੱਸੂੰ, ਪਰ ਜਿਹੜੀ ਵੀ ਗੱਲ ਕਰ ਰਿਹਾ ਨਾ ਤੂੰ, ਸਾਰਾ ਹਿੱਸਾ ਮੇਰਾ ਹੈ। ਬਕਵਾਸ ਨਾ ਕਰ ਓਏ, ਤੈਨੂੰ ਕੀ ਪਤਾ ਕੀ ਕੀਤਾ ਸੀ? ਤੂੰ ਜਾਣਦਾ ਮੈਨੂੰ ਮੈਂ ਕੌਣ? ਨਹੀਂ ਦੱਸਦਾ। ਲਾਡੀ ਬਾਕੀ ਇਹ ਤੂੰ ਮੇਰਾ ਸਾਥ ਨਾ ਦਿੰਦੀ, ਇਹ ਸਾਰਾ ਕੁਛ ਨਹੀਂ ਹੋਣਾ ਸੀ। ਹੁਣ ਤੂੰ ਦੇਖਦੀ ਜਾ ਕਿ ਮੈਂ ਖਾਲੀ ਕਰਦੀ ਹਾਂ ਆਪਣੇ ਪਿਓ ਨੂੰ। ਵੈਸੇ ਲਾਡੀ ਆਪਾਂ ਜੋ ਪਲੈਨ ਬਣਾਇਆ ਸੀ ਨਾ, ਉਹ ਸਕਸੈਸਫੁਲ ਹੋ ਗਿਆ। ਬਹੁਤ ਸਮੇਂ ਤੋਂ ਉਡੀਕ ਸੀ ਅਤੇ ਅੱਜ ਉਹ ਸਮਾਂ ਆ ਗਿਆ। ਸੁੱਖੀ, ਆਪਣੇ ਪਲੈਨ ਮੁਤਾਬਿਕ ਸਭ ਕੁਛ ਹੋ ਰਿਹਾ। ਮੱਛਲੀ ਜਾਲ 'ਚ ਫਸ ਗਈ, ਜੈਸਮੀਨ ਕੱਲ੍ਹ ਸਾਰੇ ਪੈਸੇ ਲੈ ਕੇ ਆ ਰਹੀ ਹੈ, ਅਤੇ ਲਾਡੀ ਉਹ ਤਾਂ ਇੱਕ ਮੋਹਰਾ ਸੀ, ਅਸਲੀ ਵਜ਼ੀਰ ਤਾਂ ਆਪਾਂ। ਵਜ਼ੀਰ ਨਹੀਂ ਤੂੰ ਤਾਂ ਰਾਣੀ ਇਸ ਖੇਡ ਦੀ। ਵੈਰੀ ਗੁੱਡ। ਅਤੇ ਨਾਲੇ ਮੈਂ ਕਹਿੰਦੀ ਸੀ ਕੱਲ੍ਹ ਤੋਂ ਟਾਈਮ ਨਾਲ ਆ ਜੀ, ਆਪਾਂ ਉਹਨਾਂ ਨੂੰ ਇੱਕ ਰੁਪਈਆ ਨਹੀਂ ਦੇਣਾ, ਵਿੱਚੋਂ ਸਾਰੇ ਪੈਸੇ ਆਪਾਂ ਰੱਖਣੇ ਆ, ਅਤੇ ਜਿਵੇਂ ਜਿਵੇਂ ਤੈਨੂੰ ਸਮਝਾਇਆ ਸਭ ਕੁਛ ਪਲੈਨ ਮੁਤਾਬਿਕ ਹੋਣਾ ਚਾਹੀਦਾ। ਤੁਸੀਂ ਫਿਕਰ ਨਾ ਕਰੋ ਜਨਾਬ, ਜਿਵੇਂ ਤੁਸੀਂ ਕਹੋਗੇ ਸਭ ਕੁਛ ਉਵੇਂ ਹੋ। ਦੇਖ ਸੁੱਖੀ, ਮੈਂ ਸਭ ਕੁਛ ਤੇਰੇ ਲਈ ਕੀਤਾ, ਮੈਂ ਤੈਨੂੰ ਬਹੁਤ ਪਿਆਰ ਕਰਦੀ ਹਾਂ। ਪਤਾ ਮੈਨੂੰ, ਪਿਆਰ ਤਾਂ ਮੈਂ ਵੀ ਤੈਨੂੰ ਕਰਦਾ, ਤਾਂ ਹੀ ਤੇਰਾ ਸਾਥ ਦੇ ਰਿਹਾ ਨਾ। ਬਸ ਤੂੰ ਲੱਗੀ ਰਹਿ, ਚੱਲ ਹੁਣ ਆਇਆ ਕਰ, ਤੂੰ ਜਾ, ਜੇ ਕਿਸੇ ਨੇ ਆਪਣਾ ਇੱਥੇ ਦੇਖ ਲਿਆ ਨਾ ਤਾਂ ਪੰਗਾ ਹੋ ਜਾਊਗਾ। ਚੱਲ ਜਾ ਤੂੰ। ਇੰਨਾ ਵੱਡਾ ਧੋਖਾ ਦਿੱਤਾ ਤੂੰ ਮੈਨੂੰ, ਕੋਈ ਗੱਲ ਨਹੀਂ ਤੇ ਤੂੰ ਓਏ ਬਚਦਾ ਨਹੀਂ ਤੂੰ ਮੇਰੇ ਹੱਥੋਂ। ਪੁੱਛ ਜਾਊਂਗਾ ਮੈਂ ਸਾਲਿਆ ਕੀ ਸੋਚਦਾ, ਇਹ ਪੈਸੇ ਤੂੰ ਐਂ ਲੈ ਜਾਏਗਾ? ਓਹੋ, ਇਹੀ ਤਾਂ ਮੈਂ ਸੋਚ ਰਿਹਾ ਕਿ ਪੁਲਿਸ ਨੂੰ ਬੁਲਾਵਾਂ, ਪਰ ਮੇਰਾ ਡਾਇਲੋਗ ਤੂੰ ਬੋਲਤਾ। ਚੱਲ ਕੋਈ ਨਹੀਂ। ਕੀ ਮਤਲਬ ਠੱਗੀ ਮਾਰੀ ਆ ਤੂੰ, ਬਚਦਾ ਨਹੀਂ ਤੂੰ? ਠੀਕ ਹੈ ਠੱਗੀ ਮਾਰੀ ਆ, ਪਰ ਮੈਂ ਕਤਲ ਤਾਂ ਨਹੀਂ ਕੀਤਾ। ਤੇਰੇ ਕੋਲ ਕੀ ਸਬੂਤ ਹੈ ਕਿ ਮੈਂ ਕਤਲ ਕੀਤਾ? ਆ ਦੇਖ ਕੀ ਹੈ ਇਹ, ਹੁਣ ਵੀ ਕਹਿ ਰਿਹਾ ਨਿਕਲ ਲੈ ਇੱਥੋਂ, ਇਹ ਸਾਰੇ ਪੈਸੇ ਮੇਰੇ ਨੇ। ਸਾਰੇ ਪੈਸੇ? ਸੁੱਖੀ ਆਪਾਂ 50-50 ਨਹੀਂ ਕੀਤਾ ਸੀ, ਨਾਲੇ ਤੇਰੇ ਕਿਵੇਂ ਹੋ ਗਏ ਸਾਰੇ ਪੈਸੇ? ਸਭ ਕੁਛ ਤਾਂ ਮੈਂ ਕੀਤਾ। ਅੱਛਾ ਆ ਦੇਖ, ਇਸ ਕਤਲ 'ਚ ਸ਼ਾਮਿਲ ਤੂੰ ਵੀ ਹੈ, ਦੋਨੋਂ ਨੂੰ ਫਸਾ ਸਕਦਾ।
ਹੁਣ ਟਿੱਕੇ ਬੈਠੇ ਰਹੋ, ਜਾਣ ਦਿਓ ਮੈਨੂੰ। ਵਾਹੇ।